आओ मेरे नाल इस वेले लाइन दे उत्ते ना हरीश वर्मा साहब ते थोड़ी जी गल करिए असी सेहत दी भी नाले खास तौर ते कोविड दी। वर्मा साहब स्वागत करदे आ। अर्जुंदर जी थैंक यू वेरी मच और रेडियो प्रवासी दे सारे श्रोतियों नु प्यार भरी सत श्री अकाल नमस्कार आदाब एंड गुड मॉर्निंग। जी 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 और मेरे को एक ब्रेकिंग न्यूज है मैं हुणे थोड़ी देर पहला सांझी कीती सी डिटेल च बाद च करदा कि भारत ने चाइना तो आने वाले जिहड़े भी लोग ने उन्हां दी उन्हां नु ट्रैक करन दे लई काफी सारे नवे मेजर्स लै ले ने। मैनूं लगदा शायद भारत पहला मुल्क होवेगा जिसने इमीजिएटली ये एक्शन लै लिया है। अपने मुल्कां ने बड़ियां गलतियां कीतियां अमरीका चाइना दुनिया के कई मुल्कां ने उस वेले स्लो रखिया ये अपना एक्शन जिदे करके कोविड इन्ना फैल गया मुड़ के कंट्रोल तो बाहर हो गया। पर चाइना दे विच मुड़ मुड़ के ये क्यों आ रहा है कोविड और खास तौर पर यह जी एड्डी वड्डी लहर जी वेव होर आ गई है कोविड की इहदा की कारण और इहदा की इंपैक्ट है इहदे बारे गलबात करदे आं वर्मा साहब नाल। ਵਰਮਾ ਸਾਹਿਬ ਸਾਨੂੰ ਦੱਸੋ ਜੀ ਇਹ ਤੇ ਅਸੀਂ ਸੋਚਿਆ ਕਿ ਕੋਵਿਡ ਇਜ਼ ਓਵਰ ਨਾਓ ਪਰ ਜਿਹੜੀ ਇਹ ਚਾਈਨਾ ਦੇ ਵਿੱਚ ਜੋ ਸਿਚੁਏਸ਼ਨ ਹੈ ਇੱਕ ਪਾਸੇ ਤੇ ਲੋਕ ਇਹ 2-2.5 ਸਾਲ ਤੋਂ ਉੱਥੇ ਵੈਸੇ ਤੰਗ ਪਏ ਸੀ ਉੱਤੋਂ ਉਹਨਾਂ ਨੂੰ ਸਰਕਾਰ ਨੇ ਬਹੁਤ ਸਖਤੀ ਕੀਤੀ ਹੋਈ ਸੀ ਉਹ ਰਿਵੋਲਟ ਕਰਨ ਦੀ ਸਿਚੁਏਸ਼ਨ 'ਚ ਆ ਚੁੱਕੇ ਆ ਕਰ ਵੀ ਰਹੇ ਆ ਕਈ ਥਾਵਾਂ 'ਤੇ ਲੋਕ ਤੰਗ ਪਏ ਹੋਏ ਆ ਐਂਡ ਔਨ ਟੋਪ ਆਫ ਦੈਟ ਨਾਓ ਇਹ ਮਿਲੀਅਨਸ ਐਂਡ ਮਿਲੀਅਨਸ ਐਂਡ ਮਿਲੀਅਨ ਲੋਕ ਫਿਰ ਅਫੈਕਟਡ ਹੋ ਰਹੇ ਨੇ। ਜੀ 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 ਰਜਿੰਦਰ ਜੀ ਇਹ ਖਤਰਾ ਤਾਂ ਪੂਰੇ ਵਰਲਡ ਦੇ ਵਿੱਚ ਹੀ ਹੈ ਇਹ ਕਿਉਂਕਿ ਹਜੇ ਸ਼ੁਰੂਆਤ ਚਾਈਨਾ ਤੋਂ ਹੋ ਰਹੀ ਹੈ ਕਿ ਇਹ ਵਾਇਰਸ ਜਿਹੜਾ ਹੁੰਦਾ ਇਹ ਕੰਟੀਨਿਊਸਲੀ ਆਪਣੀ ਸ਼ੇਪ ਚੇਂਜ ਕਰ ਰਿਹਾ ਹੈ ਜਦੋਂ ਅਸੀਂ ਵੇਰੀਐਂਟ ਵੇਰੀਐਂਟ ਕਹਿੰਦੇ ਹਾਂ। ਇਹ ਤੋਂ ਪਹਿਲਾਂ ਵੀ ਇਹਨਾਂ ਦੇ 4-5 ਵੇਰੀਐਂਟ ਆਪਾਂ ਆਲਰੇਡੀ ਦੇਖ ਚੁੱਕੇ ਹਾਂ ਡੈਲਟਾ ਵੇਰੀਐਂਟ ਸੀ ਅਲਫਾ ਵੇਰੀਐਂਟ ਸੀ ਸਾਰੇ ਵੇਰੀਐਂਟ ਆਪਾਂ ਦੇਖ ਚੁੱਕੇ ਹਾਂ ਹੁਣ ਇੱਕ ਨਵਾਂ ਵੇਰੀਐਂਟ ਹੋਰ ਆ ਗਿਆ ਤੇ ਉਹ ਬੜੀ ਤੇਜ਼ੀ ਨਾਲ ਫੈਲ ਰਿਹਾ ਔਰ ਇਹ ਖਬਰਾਂ ਇਸ ਤਰ੍ਹਾਂ ਦੀਆਂ ਆ ਰਹੀਆਂ ਵੀ ਇਹ ਜਿਹੜਾ ਇਹ ਵੇਰੀਐਂਟ ਆ ਰਿਹਾ ਇਹ ਘਾਤਕ ਬਹੁਤ ਹੈ ਔਰ ਇੱਥੇ ਵੀ ਇਹ ਵੀ ਲੱਗ ਰਿਹਾ ਕਿ ਕਿਤੇ ਇਹ ਹੋਵੇ ਵੀ ਇਹ ਬਹੁਤ ਸਾਰੇ ਲੱਖਾਂ ਦੀ ਤਾਦਾਦ ਚ ਇਹਦੇ ਨਾਲ ਲੋਕ ਮਰ ਜਾਣ ਇਸ ਤਰ੍ਹਾਂ ਦੀਆਂ ਖਬਰਾਂ ਚੱਲ ਰਹੀਆਂ ਨੇ ਹਜੇ ਕੋਈ ਕਨਫਰਮ ਨਹੀਂ ਹੈ ਬਟ ਸਾਰੀ ਦੁਨੀਆ ਸਾਰੇ ਮੈਡੀਕਲ ਐਕਸਪਰਟਸ ਚਿੰਤਾ ਚ ਪਏ ਹੋਏ ਨੇ ਕਿਉਂਕਿ ਜਿਹੜਾ ਇਹ ਆਪਣਾ ਵੈਕਸੀਨੇਸ਼ਨ ਚੱਲ ਰਹੀ ਹੈ ਕਿਤੇ ਇਹ ਨਾ ਹੋਵੇ ਵੀ ਇਹ ਜਿਹੜਾ ਵੇਰੀਐਂਟ ਨਵਾਂ ਆਇਆ ਹੈ ਇਹ ਵੈਕਸੀਨੇਸ਼ਨ ਨੂੰ ਬਾਈਪਾਸ ਕਰ ਜਾਵੇ ਯਾਨੀ ਭਾਵ ਵੀ ਵੈਕਸੀਨੇਸ਼ਨ ਇਹਦੇ ਤੇ ਅਸਰ ਨਾ ਕਰੇ। ਸੋ ਇਹ ਸਾਰਾ ਖਤਰਾ ਪੂਰੀ ਦੁਨੀਆ ਲਈ ਹੈ ਔਰ ਤੁਸੀਂ ਬਿਲਕੁਲ ਠੀਕ ਕਿਹਾ ਵੀ ਇੰਡੀਆ ਨੇ ਆਲਰੇਡੀ ਇਹਦੇ ਮੈਜਰਸ ਲੈ ਲਏ ਨੇ ਔਰ ਮੇਰਾ ਖਿਆਲ ਹੈ ਵੀ ਦੇਖੋ ਦੇਖੀ ਸਾਰੀ ਦੁਨੀਆ ਦੇ ਵਿੱਚ ਹੁਣ ਇਹ ਸ਼ੁਰੂ ਹੋ ਜਾਏਗਾ ਕਿ ਜਿਹੜੀ ਚਾਈਨਾ ਤੋਂ ਫਲਾਈਟ ਆ ਰਹੀ ਹੈ ਉਹਨਾਂ ਦੀ ਉਵੇਂ ਹੀ ਟੈਸਟਿੰਗ ਹੋਏਗੀ ਉਹੀ ਸਭ ਕੁਛ ਕਰਨਾ ਪਏਗਾ ਜਿਹੜਾ ਕਿ ਆਪਾਂ 2021 ਦੇ ਵਿੱਚ ਦੇਖਿਆ ਔਰ 22 ਦੇ ਵਿੱਚ ਦੇਖ ਰਹੇ ਸੀਗੇ। ਅੱਛਾ ਉਸ ਵੇਲੇ ਤੇ ਲੋਕ ਕਹਿੰਦੇ ਨੇ ਜੀ ਅਨਗਾਰਡਡ ਸੀਗੇ ਪਤਾ ਹੀ ਨਹੀਂ ਲੱਗਾ ਅਚਾਨਕ ਕੀ ਹੋ ਗਿਆ ਔਰ ਕਿਸ ਤਰ੍ਹਾਂ ਦਾ ਵੇਰੀਐਂਟ ਹੈ ਕਿਸ ਤਰ੍ਹਾਂ ਦਾ ਇਹ ਕੋਵਿਡ ਦਾ ਜਿਹੜਾ ਵਾਇਰਸ ਹੈ ਪਰ ਹੁਣ ਤੇ ਇਹਦੇ ਬਾਰੇ ਇੰਨੀ ਜਾਣਕਾਰੀ ਮਿਲ ਚੁੱਕੀ ਆ ਆਈ ਥਿੰਕ ਜੇ ਹੁਣ ਵੀ ਗਲਤੀਆਂ ਕਰਨਗੇ ਬਾਹਰਲੇ ਮੁਲਕ ਤੇ ਇਹ ਬੜੀ ਵੱਡੀ ਫਿਰ ਉਹਨਾਂ ਦੀ ਨਲਾਇਕੀ ਹੋਏਗੀ। ਜੀ ਪਰ ਇਹ ਕਿਉਂਕਿ ਮਾਸ ਲੈਵਲ ਤੇ ਹੋ ਰਿਹਾ ਨਾ ਜੀ ਤੁਸੀਂ ਦੇਖੋ ਜਿਹੜੀ ਖਬਰ ਤੁਸੀਂ ਵੀ ਅੱਜ ਭੇਜੀ ਹੈ ਉਹਦੇ ਚ ਇਹ ਖਬਰ ਹੈ ਵੀ 60% ਲੋਕ ਜਿਹੜੇ ਚਾਈਨਾ ਦੇ ਇੱਕ ਤਾਂ ਪਹਿਲੀ ਗੱਲ ਚਾਈਨਾ ਦੀ ਪਾਪੂਲੇਸ਼ਨ ਪੂਰੀ ਦੁਨੀਆ ਦੇ ਵਿੱਚ ਸਭ ਨਾਲੋਂ ਜ਼ਿਆਦਾ ਜੀ ਫਿਰ ਉਹਦੇ ਲਈ 60% ਲੋਕ ਜੇ ਐਟ ਏ ਟਾਈਮ ਇਫੈਕਟਡ ਹੋ ਗਏ ਯਾਨੀ 15-20 ਦਿਨ ਦੇ ਵਿੱਚ ਮਹੀਨੇ ਦੇ ਵਿੱਚ ਜਾਂ 2 ਮਹੀਨੇ ਚ ਤੁਸੀਂ ਹਿਸਾਬ ਲਾਓ ਵੀ ਹੋਸਪਿਟਲ ਕਿੱਥੇ ਜਾਣਗੇ। ਉਹ ਜਿਵੇਂ ਆਪਾਂ ਪਿਛਲੇ ਜਦੋਂ ਪੈਂਡੈਮਿਕ ਸ਼ੁਰੂ ਹੋਇਆ ਅਸੀਂ ਦੇਖਿਆ ਸੀ ਵੀ ਲੋਕਾਂ ਨੇ ਇੰਡੀਆ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਆਕਸੀਜਨ ਦਾ ਇੰਤਜ਼ਾਮ ਕੀਤਾ ਹੋਇਆ ਜੀ। ਸੋ ਉਸ ਤਰ੍ਹਾਂ ਦੇ ਹਾਲਾਤ ਫਿਰ ਬਣ ਸਕਦੇ ਆ ਕਿਉਂਕਿ ਜੇ ਬਹੁਤ ਬੜੇ ਲੈਵਲ ਤੇ ਲੋਕ ਇਫੈਕਟਡ ਹੋ ਗਏ ਤਾਂ ਉਹਨਾਂ ਨੂੰ ਪਤਾ ਨੀ ਲੱਗਣਾ ਡਾਕਟਰ ਕਿੱਥੇ ਤੱਕ ਉਹਨਾਂ ਨੂੰ ਸੇਵਾ ਦੇ ਪਾਉਣਗੇ ਆਪਣੀ ਇਹ ਇੱਕ ਕੁਐਸਚਨ ਮਾਰਕ ਹੈ ਕਿਉਂਕਿ ਇਹ ਜਿਹੜਾ ਡਿਸੀਜਨ ਹੁੰਦਾ ਵੀ ਕਿਹੜੇ ਬੰਦੇ ਨੂੰ ਕਿਹੜੀ ਦਵਾਈ ਕਦੋਂ ਦੇਣੀ ਹੈ ਇਹ ਸਾਰਾ ਇੱਕ ਮੈਡੀਕਲ ਡਾਕਟਰ ਦੇ ਡਿਸੀਜਨ ਦੇ ਅੰਡਰ ਆਉਂਦਾ। ਉਹਨਾਂ ਨੇ ਸੋਚਣਾ ਹੁੰਦਾ ਵੀ ਹੁਣ ਪੇਸ਼ੈਂਟ ਨੂੰ ਸਟੀਰੋਇਡ ਚਾਹੀਦੇ ਨੇ ਹੁਣ ਐਂਟੀਵਾਇਰਲ ਦਵਾਈਆਂ ਚਾਹੀਦੀਆਂ ਹੁਣ ਆਕਸੀਜਨ ਚਾਹੀਦੀ ਹੈ ਇਹ ਡਿਸੀਜਨ ਲੋਕ ਕਿਵੇਂ ਕਰ ਪਾਉਣਗੇ ਜੇ ਕਰੋੜਾਂ ਦੀ ਤਾਦਾਦ ਦੇ ਵਿੱਚ ਲੋਕ 2-3 ਮਹੀਨਿਆਂ ਚ ਇਫੈਕਟ ਹੋ ਗਏ ਇਹ ਇੱਕ ਖਤਰਾ ਬਣਿਆ ਹੋਇਆ ਜੀ। ਠੀਕ ਹੈ ਅੱਛਾ ਦੋ ਕੁਐਸਚਨ ਜਾਣ ਤੋਂ ਪਹਿਲਾਂ ਕੁਇਕਲੀ ਮੈਂ ਪੁੱਛਣਾ ਚਾਹਾਂਗਾ ਤੁਸੀਂ ਅਕਸਰ ਉਦੋਂ ਬਾਰ ਬਾਰ ਇੱਕ ਗੱਲ ਤੇ ਜ਼ੋਰ ਦਿੰਦੇ ਰਹੇ ਹੋ ਕਿ ਇਮਿਊਨ ਸਿਸਟਮ ਨੂੰ ਸਟਰੋਂਗ ਕਰੋ ਇਮਿਊਨ ਸਿਸਟਮ ਨੂੰ ਸਟਰੋਂਗ ਕਰੋ
ਤੇ ਕਿਸੇ ਵੀ ਵਾਇਰਸ ਨਾਲ ਲੜਨ ਦੇ ਕਾਬਿਲ ਹੋ ਸਕਦੇ ਹੋ ਅੱਛੀ ਗੱਲ ਹੈ ਇਮਿਊਨ ਸਿਸਟਮ ਸਾਡੀ ਬਾਡੀ ਦਾ ਹਮੇਸ਼ਾ ਸਟਰੋਂਗ ਹੀ ਰਹਿਣਾ ਚਾਹੀਦਾ ਹੈ ਫਿਰ ਕੋਵਿਡ ਕੀ ਕੋਈ ਵੀ ਬਿਮਾਰੀ ਹੋਵੇ ਥੋੜ੍ਹੀ ਕਿਤੇ ਤੁਹਾਨੂੰ ਪਰੇਸ਼ਾਨ ਨਹੀਂ ਕਰ ਸਕਦੀ ਪਰ ਜਦੋਂ ਇੱਕ ਪਾਸੇ ਤੇ ਹੁਣ ਇਮਿਊਨ ਸਿਸਟਮ ਲੋਕਾਂ ਦਾ ਕੀ ਵੀਕ ਹੋ ਗਿਆ ਹੈ ਲੋਕਾਂ ਨੇ ਜਿਨ੍ਹਾਂ ਨੇ ਕੋਵਿਡ ਦੇ ਸ਼ਾਟਸ ਲਵਾਏ ਹੈ ਉਹਨਾਂ ਦੀ ਬਾਡੀ ਉਹੀ ਰਹੀ ਹੈ ਜਾਂ ਬਾਡੀ 'ਚ ਕਾਫੀ ਕੁਛ ਬਦਲਾਵ ਆ ਗਿਆ ਉਹਨਾਂ ਨੇ ਬਾਡੀ ਨੂੰ ਕਿੰਨਾ ਕੁ ਅਫੈਕਟ ਕੀਤਾ ਇਹਨਾਂ ਸ਼ਾਟਸ ਨੇ ਤੇ ਜਾਂ ਹੁਣ ਜਿਨ੍ਹਾਂ ਨੇ ਸ਼ਾਟਸ ਲਗਵਾ ਲਏ ਨੇ ਲੋਕਾਂ ਨੇ ਚਾਰ ਚਾਰ ਸ਼ਾਟ ਵੀ ਲਗਵਾ ਲਿਆ ਮੋਸਟਲੀ ਕਈਆਂ ਨੇ ਤੇ ਉਹਨਾਂ ਨੂੰ ਹੁਣ ਕੀ ਕਰਨਾ ਚਾਹੀਦਾ ਦੇਖੋ ਜਿਹੜੇ ਸ਼ਾਟਸ ਨੇ ਇਹ ਤਾਂ ਸਪੈਸਿਫਿਕ ਕੋਵਿਡ ਲਈ ਨੇ ਜੀ ਔਰ ਇਹਦੇ ਨਾਲ ਕੋਈ ਇਮਿਊਨਿਟੀ ਘਟੀ ਨਹੀਂ ਹੈ ਕਿਸੇ ਦੀ ਲੇਕਿਨ ਸਾਨੂੰ ਇੱਕ ਜਨਰਲ ਪਰ ਇਹ ਮੈਂ ਦੱਸਣਾ ਚਾਹੁੰਦਾ ਬੜਾ ਇੰਪੋਰਟੈਂਟ ਹੈ ਵੀ ਜਿਹੜੇ ਸ਼ਾਟਸ ਲਗਵਾਏ ਨੇ ਕੋਵਿਡ ਦੇ ਇਹ ਪ੍ਰੈਜੈਂਟ ਕੋਵਿਡ ਦੇ ਜਿਹੜਾ ਵਾਇਰਸ ਹੈ ਉਹਦੇ ਅਗੇਂਸਟ ਹੀ ਕੰਮ ਕਰ ਰਿਹਾ ਹੈ ਕਿ ਕੱਲ ਨੂੰ ਕੋਵਿਡ ਦਾ ਵਾਇਰਸ ਆਪਣੀ ਜੈਨੇਟਿਕ ਚੇਂਜਿਸ ਉਹਦੇ ਚ ਆ ਜਾਂਦੀਆਂ ਨੇ ਜਾਂ ਉਹਦਾ ਵੇਰੀਐਂਟ ਕੋਈ ਇਸ ਤਰ੍ਹਾਂ ਦਾ ਆ ਜਾਂਦਾ ਹੈ ਜਿਹਦੇ ਚ ਇਹ ਜਿਹੜੇ ਵੈਕਸੀਨ ਨੇ ਕੰਮ ਨਹੀਂ ਕਰਦੇ ਫਿਰ ਸਾਨੂੰ ਇੱਕ ਹੋਰ ਨਵਾਂ ਵੈਕਸੀਨ ਚਾਹੀਦਾ ਹੋਏਗਾ ਕਿਉਂਕਿ ਜਿਵੇਂ ਆਲਰੇਡੀ ਬਹੁਤ ਸਾਰੇ ਵਾਇਰਸ ਦੇ ਵੈਕਸੀਨ ਆਉਂਦੇ ਨੇ ਹੈਪੇਟਾਈਟਿਸ ਬੀ ਦਾ ਵੈਕਸੀਨ ਹੈ ਉਹ ਸਪੈਸੀਫਿਕਲੀ ਹੈਪੇਟਾਈਟਿਸ ਬੀ ਨੂੰ ਹੀ ਪ੍ਰੋਟੈਕਟ ਕਰਦਾ ਹੈ ਇਸ ਤਰ੍ਹਾਂ ਹੀ ਜਿਹੜੇ ਇਨਫਲੂਐਂਜ਼ਾ ਦੇ ਵਾਇਰਸ ਨੇ ਵੈਕਸੀਨ ਨੇ ਉਹ ਇਨਫਲੂਐਂਜ਼ਾ ਤੋਂ ਹੀ ਪ੍ਰੋਟੈਕਟ ਕਰਦੇ ਨੇ ਇਨਫਲੂਐਂਜ਼ਾ ਦਾ ਜਿਹੜਾ ਵੈਕਸੀਨ ਹੈ ਇਹ ਕੋਵਿਡ ਤੋਂ ਪ੍ਰੋਟੈਕਟ ਨਹੀਂ ਕਰ ਸਕਦਾ ਸਾਨੂੰ ਸਿਮੀਲਰਲੀ ਜੇ ਕੱਲ ਨੂੰ ਕੋਈ ਕੋਵਿਡ ਦਾ ਵੇਰੀਐਂਟ ਇਸ ਤਰ੍ਹਾਂ ਦਾ ਆ ਗਿਆ ਜਿਹਦੇ ਤੇ ਇਹ ਵੈਕਸੀਨ ਕੰਮ ਨਹੀਂ ਕਰ ਰਿਹਾ ਜਾਂ ਜਿਹੜੀਆਂ ਇਹਨੇ ਐਂਟੀਬੋਡੀਜ਼ ਜਨਰੇਟ ਕੀਤੀਆਂ ਨੇ ਉਹਨੂੰ ਉਹਦੇ ਤੋਂ ਸਾਨੂੰ ਪ੍ਰੋਟੈਕਸ਼ਨ ਨਹੀਂ ਮਿਲ ਰਹੀ ਤਾਂ ਇੱਕ ਬਹੁਤ ਵੱਡੀ ਸਮੱਸਿਆ ਹੋਰ ਖੜੀ ਹੋ ਜਾਏਗੀ ਜਿਹਦੀ ਕਿ ਪੂਰੀ ਦੁਨੀਆਂ ਦੇ ਵਿੱਚ ਸ਼ੰਕਾ ਕੀਤੀ ਜਾ ਰਹੀ ਹੈ ਔਰ ਪਰਮਾਤਮਾ ਕਰੇ ਕਿ ਇਸ ਤਰ੍ਹਾਂ ਦਾ ਨਾ ਹੋਵੇ ਕਿਉਂਕਿ ਆਲਰੇਡੀ ਬਿਲੀਅਨਸ ਟ੍ਰਿਲੀਅਨਸ ਆਫ ਡਾਲਰ ਜਿਹੜੇ ਨੇ ਉਹ ਕੋਵਿਡ ਦੇ ਵੈਕਸੀਨ ਤੇ ਸਾਰੇ ਮੁਲਕਾਂ ਦੇ ਖਰਚ ਹੋ ਚੁੱਕੇ ਨੇ ਇਕਾਨਮੀ ਦਾ ਆਲਰੇਡੀ ਤੁਸੀਂ ਦੇਖ ਹੀ ਲਿਆ ਬੁਰਾ ਹਾਲ ਹੈ ਹਰ ਜਗ੍ਹਾ ਤੇ ਲੇਕਿਨ ਜੇ ਇਹ ਵੇਰੀਐਂਟ ਜਿਹੜਾ ਕਿ ਚਾਈਨਾ ਦੇ ਵਿੱਚ ਹੁਣ ਨਵਾਂ ਆਇਆ ਔਰ ਬੜੀ ਚਿੰਤਾ ਹੈ ਲੋਕਾਂ ਨੂੰ ਔਰ ਮੈਨੂੰ ਇਹ ਲੱਗਦਾ ਰਜਿੰਦਰ ਜੀ ਕਿ ਬੜੀ ਜਲਦੀ ਸਰਕਾਰਾਂ ਪੂਰੇ ਦੁਨੀਆਂ ਦੀਆਂ ਸਰਕਾਰਾਂ ਦੁਬਾਰਾ ਸੋਚਣ ਲੱਗ ਜਾਣਗੀਆਂ ਕਿ ਅਸੀਂ ਆਪਣੇ ਉਹ ਤਿੰਨ ਮੈਜ਼ਰ ਮਾਸਕ ਪਹਿਨਣਾ ਸੈਨੇਟਾਈਜੇਸ਼ਨ ਕਰਨੀ ਔਰ ਸੋਸ਼ਲ ਡਿਸਟੈਂਸਿੰਗ ਕਰਨੀ ਇਹਨਾਂ ਦਾ ਤਿੰਨਾਂ ਚੀਜ਼ਾਂ ਨੂੰ ਅਸੀਂ ਦੁਬਾਰਾ ਤੋਂ ਲਾਗੂ ਕਰੀਏ ਕਿਉਂਕਿ ਜਿਹੜਾ ਇਹ ਵੇਰੀਐਂਟ ਹੈਗਾ ਜੇ ਤੇਜ਼ੀ ਨਾਲ ਫੈਲ ਰਿਹਾ ਉਹਦੇ ਤੋਂ ਸਾਨੂੰ ਥੋੜ੍ਹੀ ਜਿਹੀ ਰਾਹਤ ਮਿਲ ਸਕਦੀ ਹੈ ਇਹਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵਿਚਾਰ ਹੋਏਗਾ ਲੇਕਿਨ ਸਾਨੂੰ ਕੰਟੀਨਿਊਸਲੀ ਇਹ ਐਫਰਟ ਕਰਦੇ ਰਹਿਣਾ ਚਾਹੀਦਾ ਕਿ ਅਸੀਂ ਆਪਣੇ ਆਪ ਆਪਣਾ ਜਿਹੜਾ ਇਮਿਊਨ ਸਿਸਟਮ ਹੈ ਉਹਨੂੰ ਫਿੱਟ ਰੱਖੀਏ ਉਹਦੇ ਲਈ ਕਈ ਨੁਸਖੇ ਆਪਾਂ ਪਹਿਲਾਂ ਵੀ ਦੱਸੇ ਨੇ ਕੁਛ ਘਰੇਲੂ ਉਪਚਾਰ ਵੀ ਦੱਸੇ ਨੇ ਅੱਜ ਮੈਂ ਦੁਬਾਰਾ ਇੱਕ ਰਿਪੀਟ ਕਰਨਾ ਚਾਹੁੰਦਾ ਵੀ ਇੱਕ ਕਾੜਾ ਜਿਹੜਾ ਕਿ ਇੰਡੀਅਨ ਗੌਰਮੈਂਟ ਨੇ ਬੜਾ ਰਿਕਮੈਂਡ ਕੀਤਾ ਬਾਰ ਬਾਰ ਉਹਦੇ ਚ ਚਾਰ ਚੀਜ਼ਾਂ ਨੇ ਇੱਕ ਕਾੜਾ ਮੀਨਸ ਹਰਬਲ ਟੀ ਠੀਕ ਹੈ ਜੀ ਸੋ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਹਰਬਲ ਟੀ ਬਣਾ ਕੇ ਰੱਖ ਸਕਦੇ ਹੋ ਉਹਦੇ ਚ ਤੁਲਸੀ ਦੇ ਡਰਾਈ ਪੱਤੇ ਜਿਹੜੇ 100 ਗ੍ਰਾਮ ਲੈਣੇ ਨੇ ਤੁਲਸੀ ਦੇ ਪੱਤੇ ਡਰਾਈ 100 ਗ੍ਰਾਮ ਦਾਲਚੀਨੀ 25 ਗ੍ਰਾਮ ਸੁੰਡ ਜਿਹਦੀ ਡਰਾਈਡ ਜਿੰਜਰ ਹੁੰਦਾ ਸੁੰਡ 25 ਗ੍ਰਾਮ ਔਰ ਕਾਲੀ ਮਿਰਚ 25 ਗ੍ਰਾਮ 175 ਗ੍ਰਾਮ ਪਾਊਡਰ ਬਣ ਜਾਂਦਾ ਇਹਨੂੰ ਮਿਕਸ ਕਰਕੇ ਰੱਖ ਲੈਣਾ ਇਹ ਕਿਚਨ ਚ ਰੱਖੋ 2 ਚਮਚੇ ਇਹਦੇ ਚੋਂ ਲੈਣੇ ਨੇ ਇੱਕ ਗਲਾਸ ਸਟੀਲ ਦਾ ਗਲਾਸ ਪਾਣੀ ਦਾ ਭਰ ਕੇ ਉਹ ਲੈਣਾ ਇਹਨਾਂ ਨੂੰ ਬੋਇਲ ਕਰਨਾ ਜਦੋਂ ਪਾਣੀ ਅੱਧਾ ਰਹਿ ਜਾਵੇ ਇਹਨੂੰ ਤੁਸੀਂ ਪੁਣ ਕੇ ਫਿਲਟਰ ਕਰਕੇ ਤੁਸੀਂ ਇਹ ਚਾਹ ਬਣਾ ਕੇ ਹਰਬਲ ਟੀ ਬਣਾ ਕੇ ਰੋਜ਼ ਪੀਓ ਜਿੰਨੀ ਦੇਰ ਤੱਕ ਇਹ ਕੋਵਿਡ ਦਾ ਖਤਰਾ ਚੱਲ ਰਿਹਾ ਜੀ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ 9416-804-1500 ਇਹਨਾਂ ਦਾ ਨੰਬਰ ਹੈ 416-804-1500 ਤੇ ਫੋਨ ਕਰ ਲਓ ਔਰ ਤੁਹਾਨੂੰ ਅਸੀਂ ਇੱਕ ਵਾਰ ਵਾਰ ਬੇਨਤੀ ਕਰਾਂਗੇ ਕਿ ਛੁੱਟੀਆਂ ਦਾ ਸਮਾਂ ਹੈ ਪਰਿਵਾਰ ਇਕੱਠੇ ਹੋ ਰਹੇ ਹੋ ਆਪਣਾ ਵੀ ਵਿਚਾਰ ਰੱਖੋ ਤੇ ਆਪਣੇ ਵੱਡੇ ਵਡੇਰਿਆਂ ਦਾ ਬੱਚਿਆਂ ਦਾ ਬਜ਼ੁਰਗਾਂ ਦਾ ਸਭ ਦਾ ਖਿਆਲ ਰੱਖੋ